ਜੋ ਕੁਛ ਹੋ ਰਿਹਾ ਇਹ ਬੜੇ ਸਿਸਟਮੈਟਿਕ ਢੰਗ ਨਾਲ ਹੋ ਰਿਹਾ, ਬੜੀ ਪਲੈਨਡ ਸਟ੍ਰੈਟਜੀ ਆ ਜੋ ਕੁਛ ਹੋ ਰਿਹਾ। ਔਰ ਜੇ ਤੁਸੀਂ ਐਗਜੈਕਟਲੀ ਇਸ ਦਾ ਪੈਰਲ ਇਤਿਹਾਸ ਦੇ ਵਿੱਚ ਦੇਖਣਾ ਤਾਂ ਤੁਸੀਂ ਹਿਟਲਰ ਦੀ ਫਾਸਿਜ਼ਮ ਦੀ ਹਿਸਟਰੀ ਪੜ੍ਹ ਲਓ, ਪ੍ਰਿਸਾਈਜ਼ਲੀ ਤੁਸੀਂ ਉਸ ਦੇ ਵਿੱਚੋਂ ਇਹ ਮਿਟਾ ਦਿਓ ਵੀ ਇੱਥੇ ਹਿਟਲਰ ਆ ਅਤੇ ਇੱਥੇ ਮੋਦੀ ਆ, ਇੱਥੇ ਉਹਦੀ ਪਾਰਟੀ ਆ, ਇੱਥੇ ਆਰ ਐਸ ਐਸ ਆ। ਉਹ ਤੁਸੀਂ ਆਪਣੇ ਅੱਗਿਓਂ ਜਦੋਂ ਮਿਟਾ ਦੋਗੇ ਤੁਹਾਨੂੰ ਐਗਜੈਕਟਲੀ ਹਰ ਸਟੈਪ, ਹਰ ਐਕਸ਼ਨ, ਹਰ ਮੋਟੀਵੇਸ਼ਨ, ਹਰ ਜੋ ਚੀਜ਼ ਇਵੈਂਟ ਹੋ ਰਹੀ ਆ ਪ੍ਰਿਸਾਈਜ਼ਲੀ ਉਸੇ ਢੰਗ ਨਾਲ ਹੋ ਰਹੀ ਹੈ। ਕਿਸ ਤਰ੍ਹਾਂ? ਮੈਨੂੰ ਲੱਗਦਾ ਬਹੁਤੇ ਸਾਡੇ ਦੋਸਤਾਂ ਨੇ ਜਿਹੜੇ ਇੱਥੇ ਬੈਠੇ ਆ ਹਿਟਲਰ ਦੀ ਕੋਈ ਪਿਕਚਰ ਦੇਖੀ ਹੋਣੀ, ਕੋਈ ਵੀਡੀਓ ਦੇਖੀ ਹੋਣੀ ਆ। ਉਹ ਬੰਦਾ ਜਦੋਂ ਸਪੀਚ ਕਰਦਾ ਸੀ ਹੀ ਯੂਜ਼ ਟੂ ਕ੍ਰੀਏਟ ਫ੍ਰੈਂਜੀ, ਜਿਹੜੀ ਆਡੀਅੰਸ ਹੁੰਦੀ ਸੀ ਉਹਦੀ ਸਪੀਚ ਸੁਣਨ ਵਾਲੀ ਉਹ ਇੰਨੀ ਦੀਵਾਨੀ ਹੋ ਜਾਂਦੀ ਸੀ ਕਿ ਉਹ ਆਪਣਾ ਮੈਂਟਲ ਇਕੁਲੇਬਰਮ ਖੋ ਬੈਠਦੀ ਸੀ। ਤਾਂ ਸਿਰਫ ਇੱਕੋ ਇੱਕ ਨਾਰਾ ਹੁੰਦਾ ਸੀ ਹਿਟਲਰ 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 ਹਿਟਲਰ। ਐਗਜੈਕਟਲੀ ਉਹੀ ਚੀਜ਼ ਸ਼੍ਰੀ ਮੋਦੀ ਜੀ ਕਰ ਰਹੇ ਔਰ ਕਰਵਾਇਆ ਜਾ ਰਿਹਾ। ਮੈਂ ਇੱਕ ਸਵਾਲ ਇੱਥੇ ਬਹੁਤ ਇੰਪੋਰਟੈਂਟ, ਬੜਾ ਇੰਟਰਸਟਿੰਗ ਆ, ਜੇ ਤੁਸੀਂ ਇਤਿਹਾਸ ਦੇ ਵਿਦਿਆਰਥੀ ਹੋ, ਉਸਦੀ ਮੈਕੇਨਿਜ਼ਮ ਨੂੰ ਮੈਥੋਡੋਲੋਜੀ ਨੂੰ ਅੰਡਰਸਟੈਂਡ ਕਰਦੇ ਹੋ, ਆਰ ਐਸ ਐਸ ਨੇ ਐਡੇ ਵੱਡੇ 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 ਉਹਨਾਂ ਦੇ ਲੀਡਰ ਸੀ, ਬੀਜੇਪੀ ਦੇ ਵੀ, ਆਰ ਐਸ ਐਸ ਦੇ ਵਿੱਚ ਵੀ, ਹਿੰਦੂ ਕਮਿਊਨਿਟੀ ਦੇ ਵਿੱਚ, ਕਿਉਂ ਸਪੈਸੀਫਿਕਲੀ ਮੋਦੀ ਨੂੰ ਅੱਗੇ ਲਿਆਂਦਾ? ਵਾਈ ਨੋਟ ਅਡਵਾਨੀ, ਵਾਈ ਨੋਟ ਐਮ ਐਮ ਜੋਸ਼ੀ, ਹੋਰ ਬਹੁਤ ਬੜੇ ਲੀਡਰ ਕਹੇ ਜਾ ਸਕਦੇ ਆ, ਕਿਉਂਕਿ ਉਹਨਾਂ ਨੇ ਉਸ ਨੂੰ ਬਿਲਡ ਕਰ ਲਿਆ ਸੀ। ਔਰ ਆਰ ਐਸ ਐਸ ਦੀ ਜੋ ਸਟ੍ਰੈਟਜੀ ਹੈ, ਜੋ ਉਹਨਾਂ ਦਾ ਓਬਜੈਕਟਿਵ ਹੈ ਇਸ ਮੁਲਕ ਦੇ ਵਿੱਚ ਕਰਨ ਦਾ, ਉਹ ਉਸ ਤੋਂ ਹੀ ਫੁਲਫਿਲ ਹੋ ਸਕਦਾ ਸੀ, ਉਹ ਅਡਵਾਨੀ ਤੋਂ ਨਹੀਂ ਹੋ ਸਕਦਾ ਸੀ, ਕਿਸੇ ਹੋਰ ਲੀਡਰ ਤੋਂ ਨਹੀਂ ਸੀ ਹੋ ਸਕਦਾ। ਤਾਂ ਕੀ ਹੋ ਕੀ ਰਿਹਾ? ਇਹ ਇਸ ਐਗਜੈਕਟਲੀ ਜਿਸ ਤਰ੍ਹਾਂ ਜਿਹੜਾ ਹਿਟਲਰ ਦਾ ਦੁਸ਼ਮਣ ਕੌਣ ਸੀ? ਜਿਊਜ਼ ਜੇ ਕਿਸੇ ਨੇ ਵਿਚਾਰੇ ਨੇ ਗੁਨਾਹ ਕੀਤਾ, ਨਹੀਂ ਕੀਤਾ, ਜਿਹਨੇ ਨਹੀਂ ਕੀਤਾ ਉਹ ਵੀ ਗੁਨਾਹਗਾਰ, ਜਿਹਨੇ ਨਹੀਂ ਕੀਤਾ ਉਸ ਤੋਂ ਵੀ ਬੜਾ ਗੁਨਾਹਗਾਰ ਆ ਜਿਹਨੇ ਕੀਤਾ, ਜੇ ਕੋਈ ਮਾੜਾ ਮੋਟਾ ਕੋਈ ਗੱਲ ਕੀਤੀ। 70-80 ਲੱਖ ਜਿਊਜ਼ ਨੂੰ ਗੈਸ ਚੈਂਬਰਸ ਦੇ ਵਿੱਚ ਸੁੱਟ ਕੇ ਸਾੜ ਦੇਣਾ, ਵਟ ਕਾਇੰਡ ਆਫ ਦਿਸ ਨੈਸ਼ਨਲਿਜ਼ਮ ਵਾਸ? ਹੁਣ ਨੈਸ਼ਨਲਿਜ਼ਮ ਦੀ ਗੱਲ ਕੀਤੀ ਹੈ, ਸਭ ਤੋਂ ਵੱਡਾ ਨੁਕਸਾਨ ਇਨਸਾਨੀਅਤ ਦਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਜੇ ਕਿਸੇ ਨੇ ਕੀਤਾ, ਨੈਸ਼ਨਲਿਜ਼ਮ ਨੇ ਕੀਤਾ। ਹਿਟਲਰ ਦੀ ਨੈਸ਼ਨਲਿਜ਼ਮ, ਸਟਾਲਿਨ ਦੀ ਨੈਸ਼ਨਲਿਜ਼ਮ, ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ, ਵਟ ਵਰ ਦਾ ਇਸ਼ੂਜ਼? ਵਟ ਵਾਜ ਦੀ ਪ੍ਰੋਬਲਮ ਆਫ ਹਿਊਮੈਨਿਟੀ? ਨੈਸ਼ਨਲਿਜ਼ਮ ਇੱਕ ਕਨਸੈਪਟ ਦੇਤਾ ਇਨਸਾਨੀਅਤ ਨੂੰ, ਐਬਸਟ੍ਰੈਕਟ ਕਨਸੈਪਟ ਜਿਸ ਨੂੰ ਤੁਸੀਂ ਡਿਫਾਈਨ ਨਹੀਂ ਕਰ ਸਕਦੇ, ਜਿਸ ਨੂੰ ਤੁਸੀਂ ਇੰਜੋਏ ਨਹੀਂ ਕਰ ਸਕਦੇ, ਜਿਸ ਨੂੰ ਤੁਸੀਂ ਨਲੀਫਾਈ ਨਹੀਂ ਕਰ ਸਕਦੇ। ਉਸ ਨੈਸ਼ਨਲਿਜ਼ਮ ਦੀ ਆੜ ਦੇ ਵਿੱਚ 70-80 ਲੱਖ ਬੰਦਾ ਹਿਟਲਰ ਨੇ ਮਾਰਤਾ, ਉਸ ਤੋਂ ਬਾਅਦ ਸਟਾਲਿਨ ਨੇ ਮਾਰਤਾ 60-70 ਲੱਖ ਬੰਦਾ, ਤੇ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਉਹਨੇ ਕੀ ਬੰਦੇ ਫਿਰ ਮਰੇ, ਔਰ ਉਸੇ ਨੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਪਾਰਟੀਸ਼ਨ ਦੇ ਵਿੱਚ 10 ਲੱਖ ਬੰਦਾ ਹਿੰਦੁਸਤਾਨ ਦਾ ਮਰ ਗਿਆ, ਹਿੰਦੁਸਤਾਨ ਦੇ 2 ਟੁਕੜੇ ਹੋ ਗਏ। ਵਟ ਇਜ਼ ਦਿਸ ਨੈਸ਼ਨਲਿਜ਼ਮ? ਸਭ ਤੋਂ ਵੱਧ ਜੇ ਕਾਂ ਕਿਸੇ ਇਨਸਾਨੀਅਤ ਦਾ ਕੀਤਾ ਕਿਸੇ ਕਨਸੈਪਟ ਨੇ, ਤਾਂ ਨੈਸ਼ਨਲਿਜ਼ਮ ਨੇ ਕੀਤਾ। ਔਰ ਆਰ ਐਸ ਐਸ ਇਸ ਲਈ ਅਵੇਅਰ ਹੈ, ਮਾਫ਼ ਕਰਨਾ,
ਜਦੋਂ ਸੋ ਕਾਲਡ ਨੈਸ਼ਨਲ ਵਾਰ ਆਫ ਇੰਡੀਪੈਂਡੈਂਸ, ਸੋ ਕਾਲਡ ਇੰਡੀਪੈਂਡੈਂਸ ਲੜੀ ਜਾ ਰਹੀ ਸੀ, ਵੇਅਰ ਵਾਜ਼ ਆਰ ਐਸ ਐਸ? ਆਰ ਐਸ ਐਸ ਵਾਜ ਸਾਈਡਿੰਗ ਵਿਦ ਦੀ ਕਲੋਨੀਅਲ ਸਿਸਟਮ, ਕਿਉਂਕਿ ਉੱਥੇ ਉਹਨਾਂ ਨੂੰ ਫਾਸਿਜ਼ਮ ਨਜ਼ਰ ਆਉਂਦਾ ਸੀ ਕਿ ਉਹ ਆਪਣੀਆਂ ਗੱਲਾਂ ਫੋਰਸੀਬਲੀ ਇੰਪੋਜ਼ ਕਰ ਰਿਹਾ ਦੂਸਰੇ ਜਿਹੜੇ ਕਲੋਨੀਜ਼ ਆ ਉਹਨਾਂ ਦੇ ਉੱਤੇ। ਦੇ ਵਰ ਸਾਈਡਿੰਗ ਵਿਦ ਦੀ ਬ੍ਰਿਟਿਸ਼ ਓਪਨਲੀ। ਹੁਣ ਮੈਂ ਉਹ ਤਾਂ ਤੁਸੀਂ ਤੁਹਾਡੇ ਭੁੱਲ ਗਏ ਹੋਵੋਗੇ, ਮੈਂ ਤੁਹਾਨੂੰ ਹੁਣ ਦੀ ਗੱਲ ਦਾ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਾਂ ਐਮਰਜੈਂਸੀ ਦੇ ਵਿੱਚ ਸਿੱਖ ਵੀ ਲੜੇ, ਦੂਸਰੇ ਹੋਰ ਵੀ ਲੜੇ, ਜੇਲ੍ਹਾਂ 'ਚ ਵੀ ਗਏ, ਬੜੀ ਟੌਰਚਰ ਵੀ ਮਤਲਬ ਸਾਰੀ ਲੀਡਰਾਂ ਨੇ। ਲੇਕਿਨ ਆਰ ਐਸ ਐਸ ਨੇ ਲੈਟਰ ਹੈਗੇ ਉਹਨਾਂ ਦੇ ਲਿਖੇ ਵੇ ਇੰਦਰਾ ਗਾਂਧੀ ਨੂੰ ਵੀ ਸਾਨੂੰ ਮਾਫ਼ ਕਰ ਦੇ, ਸਾਡੇ ਤੋਂ ਗਲਤੀ ਹੋ ਗਈ, ਅਸੀਂ ਤਾਂ ਤੇਰੇ ਪੱਖ ਪਾਤੀਏ, ਤੂੰ ਸਾਨੂੰ ਐਵੇਂ, ਅਸੀਂ ਤਾਂ ਇੱਧਰ ਇੱਧਰਲੇ ਪਾਸੇ ਤੂੰ ਸਾਨੂੰ ਐਵੇਂ ਫਸਾਈ ਬੈਠੀ। ਰਿਟਨ ਲੈਟਰਸ ਗੋਲਵਾਲ ਕਰਦੇ ਐਡਰੈਸ ਟੂ ਇੰਦਰਾ ਗਾਂਧੀ, ਦੋ ਚਿੱਠੀਆਂ ਜਿਹੜੀਆਂ ਅੱਜ ਵੀ ਪਬਲਿਸ਼ ਹੋ ਚੁੱਕੀਆਂ ਕਿਤਾਬਾਂ ਦੇ ਵਿੱਚ ਅਵੇਲੇਬਲ ਸੀ। ਤੋ ਆਰ ਐਸ ਐਸ ਦਾ ਇੱਕ ਸਪੈਸੀਫਿਕ ਏਜੰਡਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਪ੍ਰੋਵੋਕੇਸ਼ਨ ਕਰਾ ਦਿਓ। ਆ ਕੀ ਹੋਇਆ, ਵਿਚਾਰੇ ਨੇ ਕਿਹੜੇ ਨਾਰੇ ਲਾਤੇ, ਕਿਹੜਾ ਹਿੰਦੁਸਤਾਨ ਢਹਿ ਗਿਆ ਇਸ ਦੇ ਨਾਲ? ਜੇ ਹਿੰਦੁਸਤਾਨ ਇੰਨਾ ਹੀ ਕਮਜ਼ੋਰ ਆ ਨਾਰਿਆਂ ਦੇ ਨਾਲ ਢਹਿ ਸਕਦਾ, ਤਾਂ ਮੈਂ ਕਹਿੰਦਾ ਅੱਜ ਢਹਿ ਦੇਣਾ ਚਾਹੀਦਾ। ਮੈਂ ਕਹਿੰਦਾ ਅੱਜ ਢਹਿ ਦੇਣਾ। ਜਿਹੜੀ ਹਿੰਦੁਸਤਾਨ ਦੀ ਜੁਡੀਸ਼ਰੀ ਆ, ਸਭ ਤੋਂ ਜ਼ਿਆਦਾ ਫਾਸਿਜ਼ਮ ਨੂੰ ਇੰਪਲੀਮੈਂਟ ਉਹ ਕਰ ਰਹੀ ਅੰਡਰ ਦੀ ਗਾਰਬ ਆਫ ਕਮਿਊਨਲਿਜ਼ਮ। ਕਿਸ ਤਰ੍ਹਾਂ, ਮੈਂ ਕਹਿੰਦਾ ਖੁੱਲ੍ਹ ਕੇ ਕਹਿੰਦਾ, ਮੈਨੂੰ ਟੀਵੀ 'ਤੇ ਦਿਖਾ। 1984 ਦੇ ਨਵੰਬਰ ਅਕਤੂਬਰ ਦੇ ਵਿੱਚ ਜਿਹੜਾ ਕਤਲੋ ਗਾਰਤ ਹੋ ਰਹੀ ਸੀ ਸਿੱਖਾਂ ਦੀ, ਉਸ ਦੇ ਵਿੱਚ ਫਿਰ ਵੱਜਦਾ ਜੁਡੀਸ਼ਰੀ? ਤੁਸੀਂ ਇੱਕ ਪੁਲਟ ਹੈ, ਜਿਵੇਂ ਕਿਸੇ ਜਗ੍ਹਾ ਇੱਕ ਆਕਟਰਾਈ ਕੋਈ ਜਗ੍ਹਾ ਦੇ ਉੱਤੇ ਮਾੜਾ ਮੋਟਾ ਰਾਸ਼ ਹੋ ਜਾਏ, ਜੁਡੀਸ਼ਰੀ ਤੜਫਣ ਲੱਗ ਜਾਂਦੀ ਹੈ, ਤੇ ਹਜ਼ਾਰਾਂ ਸਿੱਖ ਬੇਗੁਨਾਹ ਦਿੱਲੀ ਦੇ ਵਿੱਚ ਮਤਲਬ ਇੰਨੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ, ਤਾਂ ਉੱਥੇ ਕਿੱਥੇ ਸੀ ਤੁਹਾਡੀ ਜੁਡੀਸ਼ਰੀ? ਰਜਿੰਦਰ ਸੱਚਰ ਨੇ ਇੱਕ ਬਹੁਤ ਵਧੀਆ ਆਰਟੀਕਲ ਲਿਖਿਆ ਸੀ ਟ੍ਰਿਬਿਊਨ ਦੇ ਵਿੱਚ, ਰੀਡਿੰਗ ਆਰਟੀਕਲ ਸੀ। ਉਹ ਕਹਿੰਦਾ ਜਦੋਂ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ ਤਾਂ ਮੈਂ ਉੱਥੇ ਸੰਮਨ ਕਰ ਲਿਆ। ਤੋ ਜਦੋਂ ਉਹਨਾਂ ਨੇ ਕਿਹਾ ਵੀ ਐਗਜੈਕਟਿਵ ਨੂੰ ਮੈਂ ਸੰਮਨ ਕੀਤਾ ਵੀ ਦੱਸੋ ਵੀ ਤੁਸੀਂ ਕਿਉਂ ਨੀ ਫੌਜ ਬੁਲਾ ਰਹੇ, ਕਿਉਂ ਨੀ ਤੁਸੀਂ ਇਹ ਜਿਹੜਾ ਕਤਲੋਗਾਰ ਤੇ ਇਸ ਨੂੰ ਰੋਕ ਰਹੇ, ਉਸੇ ਦਿਨ ਉਸ ਦਾ ਰੋਸਟਰ ਬਦਲ ਦਿੱਤਾ ਗਿਆ। ਇਹ ਰਜਿੰਦਰ ਸੱਚਰ ਦੀ ਆਪਣਾ ਲਿਖਿਆ ਹੋਇਆ ਆਰਟੀਕਲ ਹੈ ਜਿਹੜਾ ਕਿ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ। ਵੇਅਰ ਇਜ਼ ਦੀ ਜੁਡੀਸ਼ਰੀ? ਕਿਹੜਾ ਕਾਨੂੰਨ? ਐਕਸੈਕਟਲੀ ਇਹੀ ਕੰਸਟੀਟਿਊਸ਼ਨ ਜਿਹੜਾ ਸੀ ਹਿਟਲਰ ਦੇ ਕੋਲ ਵੀ ਸੀ, ਇਹ ਕੋਈ ਅੰਬੇਦਕਰ ਨੇ ਨਹੀਂ ਬਣਾਇਆ। ਇੱਕ ਭੁਲੇਖਾ ਮਾਫ ਕਰਨਾ, 1935 ਦਾ ਆਰਟੀਕਲ ਆ ਜਿਹੜਾ ਉਹ ਪੜ੍ਹ ਲਓ ਤੁਸੀਂ, ਅੰਗਰੇਜ਼ਾਂ ਦਾ ਬਣਾ ਲਿਆ ਕਲੋਨੀਅਲ ਸਿਸਟਮ ਦੇ ਅੰਡਰ, ਉਸ ਦੀ ਥੋੜੀ ਬਹੁਤੀ ਮੋਡੀਫਿਕੇਸ਼ਨ ਕਰਕੇ ਇਹ ਹਿੰਦੁਸਤਾਨ ਦਾ ਕੰਸਟੀਟਿਊਸ਼ਨ। ਇਹ ਸਾਰੇ ਭੁਲੇਖੇ ਪਾਏ ਜਾ ਰਹੇ, ਇਹ ਸਾਰਾ ਲੋਕਾਂ ਨਾਲ ਧੋਖਾਧੜੀ ਹੈ, ਕਿਉਂਕਿ ਲੋਕ ਬਹੁਤਾ ਪੜ੍ਹਦੇ ਨਹੀਂ, ਲੋਕ ਜੇ ਪੜ੍ਹਦੇ ਆ ਤਾਂ ਇੰਨੀ ਡੈਪਥ 'ਚ ਨਹੀਂ ਜਾਂਦੇ। ਐਗਜੈਕਟਲੀ ਇਹੀ ਕੰਸਟੀਟਿਊਸ਼ਨ ਆ ਹਿਟਲਰ ਦਾ, ਔਰ ਇਹੀ ਉਸਦੇ ਤੌਰ ਤਰੀਕੇ ਆ ਜਿਨ੍ਹਾਂ ਦੇ ਨਾਲ, ਔਰ ਐਗਜੈਕਟਲੀ ਮੋਦੀ ਉਸੇ ਤਰੀਕੇ ਦੇ ਨਾਲ ਸਿਸਟੇਮੈਟਿਕਲੀ ਹਿੰਦੁਸਤਾਨ ਦੇ ਚੱਲਦਾ ਆ ਰਿਹਾ। ਇੱਕ ਤੁਸੀਂ ਬੱਚੇ ਨੂੰ ਪਕੜ ਲਿਆ, ਇੱਕ ਤੁਸੀਂ ਉਹ ਮੁਸਲਮਾਨ ਆ ਜਿਹੜੇ ਚਾਰ ਪੰਜ ਮੁੰਡੇ ਭੱਜੇ ਹੋਏ ਉਹਨਾਂ 'ਚ ਇੱਕ ਮੁਸਲਮਾਨ ਆ, ਕਿਉਂਕਿ ਮੁਸਲਮਾਨ ਦਾ ਨਾਂ ਹੀ ਜਿਸ ਤਰ੍ਹਾਂ ਜਿਊ ਦਾ ਨਾਂ ਹੀ ਹਿਟਲਰ ਦੇ ਲਈ ਇੱਕ ਤਰ੍ਹਾਂ ਦਾ ਜ਼ਹਿਰ ਸੀ, ਐਗਜੈਕਟਲੀ ਮੁਸਲਮਾਨ ਦਾ ਨਾਂ, ਕ੍ਰਿਸਚਨ ਦਾ ਨਾਂ, ਸਿੱਖ ਦਾ ਨਾਂ ਵੀ ਮੋਦੀ ਦੀਆਂ ਅੱਖਾਂ ਦੇ ਵਿੱਚ ਰੜਕਦਾ। ਤੋ ਯੂ ਆਰ ਔਨ ਹਿਸ ਏਜੰਡਾ ਆਫ ਫਾਸਿਜ਼ਮ, ਔਰ ਤੁਸੀਂ ਅੱਗੇ ਲਿਖਿਆ ਫਾਸਿਜ਼ਮ ਵਰਡ, ਤੁਸੀਂ ਹੋਰ ਪਾਸੇ ਗੱਲਾਂ ਦੀਆਂ ਕਰੀ ਜਾਂਦੇ ਹੋ। ਇੱਥੇ ਕਿਹੜੀ ਜੁਡੀਸ਼ਰੀ, ਕਿਹੜਾ ਕਾਨੂੰਨ, ਕਿਹੜਾ ਲਾਅ, ਕਿਹੜਾ ਥਾਣਾ, ਕਿਹੜੀ ਪੁਲਿਸ, ਕੁਛ ਵੀ ਨਹੀਂ ਹੈ।
ਇਹ ਹੋਣਾ ਵੀ ਨਹੀਂ। ਤੋ ਅੱਜ ਜ਼ਰੂਰਤ ਹੈ, ਜੇ ਦਮ ਹੈ ਤਾਂ ਇਸ ਗੱਲ ਦੇ ਉੱਤੇ ਖੁੱਲ੍ਹੇ ਹੋ ਕੇ ਲੜੋ ਕਿ ਭਾਈ ਤੂੰ ਫਾਸਿਜ਼ਮ ਹਿੰਦੁਸਤਾਨ ਦੇ ਵਿੱਚ ਇੰਟਰੋਡਿਊਸ ਕਰ ਰਿਹਾ। ਹੁਣ ਦੇਖੋ ਜਿੰਨੇ ਉਸਨੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣ ਕੇ ਜਿਨ੍ਹਾਂ ਨੇ ਕਤਲੋਗਾਰਦ ਕੀਤਾ ਸੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ, ਉਹ ਕੰਦਾਨੀ ਜਨਾਨੀ ਜਿਹੜੀ ਮਿਨਿਸਟਰ ਸੀ ਉਹਨੂੰ ਬਾਹਰ ਕੱਢਿਆ, ਆ ਅਮਿਤ ਸ਼ਾਹ ਦੇ ਉੱਤੇ ਮਰਡਰ ਦੇ ਇਲਜ਼ਾਮ ਸੀ, ਇਸ ਨੂੰ ਉਹਨਾਂ ਨੇ ਐਗਜ਼ੋਨੀਰੇਟ ਕਰਕੇ ਬੀਜੇਪੀ ਦਾ ਚੀਫ ਬਣਾਇਆ, ਕਿਹਨੂੰ ਬਣਾ ਰਿਹਾ, ਕਿਉਂ ਬਣਾ ਰਿਹਾ? ਉਸ ਦਾ ਇੱਕ ਸਪੈਸੀਫਿਕ ਏਜੰਡਾ ਹੈ, ਉਹ ਆਪ ਕੁਛ ਵੀ ਨਹੀਂ, ਉਸ ਦੇ ਪਿੱਛੇ ਇੱਕ ਆਈਡੀਓਲੋਜੀ, ਔਰ ਉਹ ਆਈਡੀਓਲੋਜੀ ਇੱਕ ਸੈਟਲਡ ਆਈਡੀਓਲੋਜੀ ਹੈ, ਔਰ ਉਸ ਦੇ ਵਿੱਚੋਂ ਡੀਵੀਏਸ਼ਨ ਨਹੀਂ ਹੋ ਸਕਦੀ, ਉਸ ਦੇ ਵਿੱਚ ਇੱਧਰ ਉੱਧਰ ਨਹੀਂ ਉਹ ਜਾ ਸਕਦਾ। ਤੋ ਇਹ ਸਾਰੀਆਂ ਚੀਜ਼ਾਂ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਹੋ ਰਹੀਆਂ, ਔਰ ਉਸ ਘਟਨਾਕ੍ਰਮ ਦੇ ਵਿੱਚ ਕੌਣ ਪੀਸਿਆ ਜਾ ਰਿਹਾ ਉਸ ਦੇ ਉੱਤੇ ਕੋਈ ਆਵਾਜ਼ ਨਹੀਂ ਉੱਠੇਗੀ, ਉਸਨੇ ਪੀਸੇ ਹੀ ਜਾਣਾ। ਕਨਈਆ ਕੁਮਾਰ ਲੱਖ ਕਹਿ ਲਵੇ ਮੈਂ ਉੱਥੇ ਨਹੀਂ ਸੀ, ਮੈਂ ਇਹ ਸਪੀਚ ਨਹੀਂ ਕੀਤੀ, ਮੈਂ ਇਹ ਸਲੋਗਨ ਨਹੀਂ ਲਾਇਆ, ਨਹੀਂ ਇਹ ਤੂੰ ਲਾਇਆ ਹੀ, ਐਗਜੈਕਟਲੀ ਹਿਟਲਰ ਵੇ ਆਫ ਡੀਲਿੰਗ ਦੀਸ ਕਾਈਂਡਸ ਆਫ ਅਪੋਜੀਸ਼ਨ। ਔਰ ਮੈਂ ਇੱਥੇ ਗੱਲ ਇੱਕ ਕਹਿੰਦਾ, ਸਾਰੀਆਂ ਯੂਨੀਵਰਸਿਟੀਆਂ 'ਚ ਇਕੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਹੀਂ, ਉੱਥੇ ਦੇਖੋ ਪਹਿਲਾਂ ਕੀ ਹੋਇਆ, ਉਹ ਜਿਹੜਾ ਫੈਸ਼ਨ ਇੰਸਟੀਚਿਊਟ ਜੋ ਹੈਗਾ ਉੱਥੇ ਉਹਨਾਂ ਨੇ ਆਪਣਾ ਬੰਦਾ ਲਾਇਆ, ਹਰ ਜਗ੍ਹਾ ਆ ਪੰਜਾਬੀ ਯੂਨੀਵਰਸਿਟੀ ਦੇ RSS ਦਾ ਇੱਕ ਤਰ੍ਹਾਂ ਦੀ ਨਰਸਰੀ ਬਣ ਚੁੱਕੀ ਹੈ ਪੰਜਾਬੀ ਯੂਨੀਵਰਸਿਟੀ। ਔਰ ਕਿਹੜੇ ਬੰਦੇ ਕਿਹਨਾਂ ਨੂੰ ਚੁਣ ਕੇ ਕਿਸ ਜਗ੍ਹਾ 'ਤੇ ਲਿਜਾ ਰਹੇ, ਆ ਹੁਣ ਵੀ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਉਹਨੂੰ ਕਮਿਸ਼ਨਰ ਬਣਾਇਆ, ਜਿਹੜੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਸੀ, ਜਿਹੜਾ ਪਹਿਲਾਂ ਸਿੰਗਲਾ ਉੱਥੇ ਪੰਜਾਬੀ ਯੂਨੀਵਰਸਿਟੀ 'ਚ ਹਿਸਟੋਰੀਕਲ ਡਿਪਾਰਟਮੈਂਟ 'ਚ ਕੰਮ ਕਰਦਾ ਸੀ, ਇੱਕ ਅੱਖਰ ਨਹੀਂ ਉਹਨੇ ਕਦੇ ਲਿਖੀ, ਉਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਕਿ ਉਹ ਪ੍ਰੋਫੈਸਰ ਬਣ ਗਿਆ। ਆ ਵੀ ਜਿਹੜੇ ਆ ਬੱਤਰਾ ਹੈ, ਕੀ ਹੈ ਇਹ, ਵਟ ਇਜ਼ ਹੀ, ਇੱਕ ਸੈਂਟੈਂਸ ਅੰਗਰੇਜ਼ੀ ਦਾ ਨਹੀਂ ਲਿਖ ਸਕਦਾ ਆ ਬੱਤਰਾ, ਜਿਸ ਨੂੰ ਉਹਨਾਂ ਨੇ ਸਾਰੀ ਐਜੂਕੇਸ਼ਨ ਉਹਦੇ ਅੰਡਰ ਕੰਟਰੋਲ ਦੇ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਕਿਉਂਕਿ ਐਜੂਕੇਸ਼ਨ ਦੇ ਰਾਹੀਂ ਹਰ ਜਿਹੜਾ ਆਰਗਨ ਹੈ ਸਟੇਟ ਦਾ, ਉਹਦੇ ਰਾਹੀਂ ਉਹ ਦੇ ਆਰ ਟੂ ਇੰਪੋਜ਼ ਫਾਸਿਸ। ਤੋ ਅੱਜ ਜ਼ਰੂਰਤ ਇਹ ਹੈ, ਬਹੁਤ ਬੜੀ ਮਤਲਬ ਸੀਰੀਅਸ ਸਿਚੁਏਸ਼ਨ ਹੈ, ਕੈਜੂਅਲ ਸਿਚੁਏਸ਼ਨ ਨਹੀਂ ਹੈ। ਔਰ ਇਹ ਤਾਂ ਐਵੇਂ ਵਿਚਾਰੇ ਮਤਲਬ 5-7-10 ਬੱਚੇ ਨਜ਼ਰ ਆ ਰਹੇ ਹੈ ਜਿਨ੍ਹਾਂ ਨੂੰ ਉਹ ਵਿਕਟਿਮ ਬਣਾ ਕੇ ਉਹ ਇੱਕ ਪੈਟਰਨ ਸੈੱਟ ਕਰ ਰਹੇ, ਪਹਿਲਾਂ ਆਲਰੇਡੀ ਕਰ ਚੁੱਕਿਆ, ਇੱਕ ਮੁੰਡਾ ਖੁਦਕੁਸ਼ੀ ਕਰਕੇ ਮਰ ਗਿਆ ਆਂਧਰਾ ਦੇ ਵਿੱਚ, ਕੀ ਗੁਨਾਹ ਸੀ ਉਸਦਾ, ਕਿਹੜਾ ਉਸਨੇ ਕ੍ਰਾਈਮ ਕੀਤਾ ਸੀ? ਤੋ ਇਸੇ ਤਰੀਕੇ ਦੇ ਨਾਲ ਇੱਕ ਪੈਟਰਨ ਹੈ, ਜਿਸ ਪੈਟਰਨ ਦੇ ਮੁਤਾਬਕ ਮੋਦੀ ਨੂੰ ਚਲਾਇਆ ਜਾ ਰਿਹਾ। ਤੋ ਉਹ ਪਿੱਛੇ RSS ਦੀ ਇੱਕ ਬਹੁਤ ਵੱਡੀ ਵਿਚਾਰਧਾਰਾ ਹੈ, ਵੱਡੀ ਬਹੁਤ ਵੱਡੀ ਸੋਚ ਹੈ, ਬਹੁਤ ਵੱਡੀ ਆਈਡੀਓਲੋਜੀ ਹੈ, ਬਹੁਤ ਵੱਡੀ ਥਿੰਕਿੰਗ ਐਂਡ ਪਲੈਨਿੰਗ ਹੈ, ਔਰ ਉਹ ਪਲੈਨਿੰਗ